ਕਹਿ ਨਾਨਕ ਸਭ ਯੋਗਣ ਰਾਖ ਲੈ ਹੋ ਸ਼ਰਣਾਇਓ ਕਹਿ ਨਾਨਕ ਸਭ ਯੋਗਣ ਮੋਹ ਮੈਂ ਰਾਖ ਲੈ ਹੋ ਸ਼ਰਣਾਇਓ ਸਭ ਔਗਣ ਮੋਹ ਮੈਂ ਸਭ ਔਗਣ ਮੋਹ ਸਭ ਔਗਣ ਮੋਹ ਮੈਂ ਸਭ ਔਗਣ ਮੋਹ ਮੈਂ ਕਹਿ ਨਾਨਕ ਸਭ ਔਗਣ ਮੋਹ ਮੈਂ ਰਾਖ ਲੈ ਹੋ ਸ਼ਰਣਾਇਓ ਕਹਿ ਪਿਆਰੀ ਪੜ੍ਹਾਈ ਸਤਿਗੁਰ ਪੜ੍ਹਾ ਰਹੇ ਨੇ ਅੰਮ੍ਰਿਤ ਵੇਲੇ ਕਿੰਨਾ ਕੀਮਤੀ ਸਬਕ ਸਾਨੂੰ ਸਿਖਾ ਰਹੇ ਨੇ ਸਤਿ ਸੰਗਤ ਜੀ ਕਹਿੰਦੇ ਇਹ ਸਬਕ ਦ੍ਰਿੜ ਕਰੀ ਭੁੱਲ ਜਾਂਦਾ ਹੈ ਤੂੰ ਦ੍ਰਿੜ ਕਰੀ ਇਹ ਸਬਕ ਲਰਨ ਇਟ ਬਾਈ ਹਾਰਟ ਹਿਰਦੇ ਦੇ ਤਲ ਤੋਂ ਇਹ ਸਬਕ ਯਾਦ ਕਰੀ ਮਹਾਰਾਜ ਕਹਿੰਦੇ ਨੇ ਕਿਹੜਾ ਸਬਕ ਜੀ ਕਹਿ ਨਾਨਕ ਸਭ ਔਗੁਣ ਜੇ ਕਹਿ ਰਿਹਾ ਤੇ ਤੇਰੇ ਔਗੁਣ ਤੈਨੂੰ ਨਜ਼ਰ ਵੀ ਆਣ ਆਖੋ ਸਤਨਾਮ ਖਾਲੀ ਕਹਿ ਕੇ ਨਿਕਲ ਨਹੀਂ ਜਾਣਾ ਕਹਿ ਨਾਨਕ ਸਭ ਔਗੁਣ ਸਾਰੇ ਔਗੁਣ ਮੇਰੇ ਵਿੱਚ ਨੇ ਪਰ ਜਦੋਂ ਸਾਧ ਸੰਗਤ ਪ੍ਰੈਕਟੀਕਲ ਦੀ ਵਾਰੀ ਆਉਂਦੀ ਹੈ ਬੰਦਾ ਕਹਿੰਦਾ ਜੀ ਉਹਦੇ ਅੰਦਰ ਔਗੁਣ ਉਹਦੇ ਅੰਦਰ ਔਗੁਣ ਉਹਦੇ ਅੰਦਰ ਮੈਂ ਤਾਂ ਸੁਥਰਾ ਹਾਂ ਆਖੋ ਸਤਨਾਮ ਮੈਂ ਤਾਂ ਸੁਥਰਾ ਆਪ ਦੇ ਔਗੁਣ ਨਜ਼ਰ ਨਹੀਂ ਆਉਂਦੇ ਕਦੇ ਕਿਉਂ ਨਜ਼ਰ ਨਹੀਂ ਆਉਂਦੇ ਕਿਉਂਕਿ ਕਦੇ ਅੰਦਰ ਝਾਤ ਮਾਰੀ ਨਹੀਂ ਕਦੇ ਗੁਰਬਾਣੀ ਸਾਧ ਸੰਗਤ ਧਿਆਨ ਦੇ ਨਾਲ ਅਗਰ ਪੜ੍ਹੀਏ ਤੇ ਕਮਾਲ ਅੰਦਰ ਦੀ ਖੋਜ ਮਹਾਰਾਜ ਕਹਿੰਦੇ ਨੇ ਅੰਦਰ ਦੀ ਖੋਜ ਦੱਸਦੇ ਨੇ ਇੱਕ ਥਾਂ ਤੇ ਸਾਹਿਬ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਰੋਜ਼ ਆਪਣੇ ਆਪ ਨੂੰ ਖੋਜ ਕਿੱਥੇ ਖੜਾ ਹੈ ਤੂੰ ਰੋਜ਼ ਖੋਜ ਆਪਣੇ ਆਪ ਨੂੰ ਕਿੱਥੇ ਖੜਾ ਹੈ ਕਿੱਥੇ ਖੜਾ ਰੋਜ਼ ਐਨਾਲਾਈਜ਼ ਕਰਿਆ ਕਰ ਆਪਣੇ ਆਪ ਨੂੰ ਕਿੱਥੇ ਖੜਾ ਹੈ ਕਿੰਨੀ ਤਰੱਕੀ ਹੋਈ ਪਿਛਲੇ ਸਾਲ ਕਿੰਨੀ ਤਰੱਕੀ ਸੀ
ਅੱਜ ਦੇ ਸਾਲ ਕਿੰਨੀ ਤਰੱਕੀ ਹੋਈ, 2023 ਦੇ ਵਿੱਚ ਕਿੰਨੀ ਤਰੱਕੀ ਹੋਈ, ਹੁਣ 2024 'ਚ ਕਿੰਨੀ ਤਰੱਕੀ ਹੋਣੀ ਚਾਹੀਦੀ ਹੈ। ਖੋਜੋ, ਖੋਜਣ ਵਾਲਾ ਬੰਦਾ ਪ੍ਰਾਪਤੀਆਂ ਕਰਦਾ ਹੈ, ਖੋਜਣ ਵਾਲੇ ਬੰਦੇ ਨੂੰ ਹੀ ਖਜ਼ਾਨੇ ਮਿਲਦੇ ਨੇ। ਬੰਦੇ ਖੋਜ ਦਿਲ ਹਰੋ, ਕਹਿੰਦੇ ਫਿਰ ਤੈਨੂੰ ਪਰੇਸ਼ਾਨੀ ਨਹੀਂ ਆਏਗੀ। ਇਹ ਲਿਖ ਕੇ ਗਰੰਟੀ ਦਿੱਤੀ ਹੈ ਜੀ, ਫਿਰ ਪਰੇਸ਼ਾਨੀ ਨਹੀਂ ਆਏ। ਅਸੀਂ ਦੂਜਿਆਂ ਨੂੰ ਖੋਜਣ ਦੇ ਵਿੱਚ ਹੀ ਸਾਰੀ ਜ਼ਿੰਦਗੀ ਲਾ ਦਿੱਤੀ, ਦੂਜਿਆਂ ਨੂੰ ਹੀ ਬਸ ਖਾਲੀ ਐਨਾਲਾਈਜ਼ ਕਰਦੇ ਰਹਿੰਦੇ ਹਾਂ, ਉਹ ਇੱਦਾਂ ਦਾ, ਉਹ ਇੱਦਾਂ ਦਾ, ਉਹ ਇੱਦਾਂ ਦਾ। ਮਹਾਰਾਜ ਕਹਿੰਦੇ ਆਪ ਦੀ ਵਾਰੀ ਤੇਰੀ ਕਦੋਂ ਆਉਣੀ ਹੋਏ। ਬਾਬਾ ਫਰੀਦ ਜੀ ਕਹਿੰਦੇ ਨੇ, ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਭੋਗਣੇ ਪੈਣਗੇ, ਅਵਸ਼ ਭੋਗਣੇ ਪੈਣਗੇ ਤੈਨੂੰ। ਕਾਲੇ ਲੇਖ ਲਿਖ ਕੇ ਬੰਦਾ ਸਤਸੰਗ ਜੀ ਭੁੱਲ ਜਾਂਦਾ ਹੈ, ਮਾੜਾ ਕਰਕੇ ਬੰਦਾ ਭੁੱਲ ਜਾਂਦਾ ਹੈ। ਉਹ ਬੰਦਿਆ ਤੂੰ ਭੁੱਲ ਸਕਦਾ ਹੈ, ਉਹ ਕਰਤਾਰ ਨਹੀਂ ਭੁੱਲੇਗਾ। ਆਖੋ ਸਤਨਾਮ, ਉਹਨੇ ਨਿਆ ਕਰਨਾ ਹੀ, ਉਹਨੇ ਨਿਆ ਕਰਨਾ। ਕਈ ਵਾਰੀ ਦਾਸ ਇਹ ਗੱਲ ਕਹਿੰਦਾ, ਕਿਸੇ ਦੀ ਜਾਤੀ 20-20 ਸਾਲ ਤੱਕ ਯਾਦ ਰਹਿੰਦੀ ਹੈ। ਆਪ ਦੀ ਜਾਤੀ ਸਾਧਸੰਗ ਜੇ ਆਪ ਦੇ ਕਿਸੇ ਦੇ ਉੱਪਰ ਜਾਤੀ ਕੀਤੀ, ਉਹ ਕੱਲ ਦੀ ਵੀ ਭੁੱਲ ਜਾਂਦੀ ਹੈ। ਆਖੋ ਸਤਨਾਮ, ਮਤਲਬ ਦੂਜੇ ਨੇ ਜੇ ਮਾੜਾ ਕੀਤਾ ਤੇ 20-20 ਸਾਲ ਪੁਰਾਣਾ ਖੋਦ ਕੇ ਲਿਆਉਂਦਾ, ਤੇ ਜਦੋਂ ਆਪ ਨੇ ਇਹਨੇ ਕਿਸੇ ਦਾ ਮਾੜਾ ਕੀਤਾ, ਸਵੇਰੇ ਮਾੜਾ ਕਰਦਾ ਤੇ ਸ਼ਾਮ ਨੂੰ ਭੁੱਲਿਆ ਹੁੰਦਾ, ਅੱਛਾ ਮੈਂ ਕਿਹਾ ਸੀ, ਮੈਂ ਕੀਤਾ ਸੀ, ਵਾਹ ਬਈ ਸਿਆਣੇ ਆ। ਇਹ ਸੋਚਦਾ ਮੈਂ ਕਾਲੇ ਲੇਖ ਲਿਖ ਕੇ ਮੈਂ ਛੁੱਟ ਜਾਵਾਂਗਾ, ਨਹੀਂ ਛੁੱਟੇਗਾ, ਭੋਗਣੇ ਪੈਣੇ, ਤੈਨੂੰ ਹੀ ਭੋਗਣੇ ਪੈਣੇ, ਕੋਈ ਭਾਈਵਾਲ ਨਹੀਂ ਜੇ, ਕੋਈ ਭਾਈਵਾਲ ਨਹੀਂ, ਤੈਨੂੰ ਹੀ ਭੋਗਣੇ ਪੈਣੇ। ਤਾਂ ਹੀ ਕਹਿੰਦੇ ਨੇ, ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ। ਮਹਾਰਾਜ ਫਿਰ ਇਹਦੇ ਤੋਂ ਬਚਣ ਦਾ ਤਰੀਕਾ ਕੀ ਹੈ? ਕਹਿੰਦੇ ਫਿਰ ਆਪ ਨੜੈ ਗਰੀਵਾਨ ਮੈਂ ਸਿਰ ਨੀਵਾਂ ਕਰ ਦੇਖ, ਬਚ ਜਾਏਗਾ। ਜਿਸ ਚੀਜ਼ 'ਤੇ ਤੈਨੂੰ ਉਹਦੇ 'ਤੇ ਇਤਰਾਜ਼ ਹੈ, ਝਾਤੀ ਮਾਰ, ਉਹੀ ਇਤਰਾਜ਼ ਵਾਲੀ ਗੱਲ ਤੇਰੇ ਅੰਦਰ ਵੀ ਹੋਣੀ ਹੈ। ਆਖੋ ਸਤਨਾਮ, ਬਸ ਇਹ ਗੱਲ ਇੰਨੀ ਹੈ ਕਿ ਸਾਨੂੰ ਆਪਣੇ ਅੰਦਰ ਝਾਤੀ ਮਾਰਨੀ ਨਹੀਂ ਆਉਂਦੀ, ਜਾਂ ਮਾਰਨਾ ਹੀ ਨਹੀਂ ਚਾਹੁੰਦੇ। ਆਖੋ ਸਤਨਾਮ, ਉਹ ਮੇਰੀ ਬਦਖੋਈ ਕਰੇ, ਉਹ ਮੈਨੂੰ ਥਾਂ ਥਾਂ 'ਤੇ ਭੰਡੇ, ਮੈਨੂੰ ਮਾੜਾ ਲੱਗੇਗਾ। ਮੈਂ ਉਹਨੂੰ ਥਾਂ ਥਾਂ 'ਤੇ ਭੰਡਾਂ ਅਤੇ ਸਤਸੰਗਤ ਉਹ ਫੀਲ ਵੀ ਨਹੀਂ ਹੁੰਦਾ ਕਿ ਮੈਂ ਉਹਨੂੰ ਭੰਡਦਾ ਪਿਆ, ਮੈਂ ਉਹਦੀ ਬੇਇੱਜ਼ਤੀ ਕਰਦਾ ਪਿਆ, ਮੈਂ ਉਹਦੇ ਕੱਪੜੇ ਲਾਉਂਦਾ ਪਿਆ,
ਮੈਂ ਉਹਨੂੰ ਜਲੀਲ ਕਰਦਾ ਪਿਆ ਥਾਂ ਥਾਂ। ਮੈਂ ਕਰਾਂ ਮੈਨੂੰ ਕੁਝ ਨਹੀਂ ਪਤਾ ਸਾਧ ਸੰਗਤ, ਮੈਂ ਭੁੱਲ ਜਾਵਾਂਗਾ, ਮੈਨੂੰ ਫੀਲ ਵੀ ਨਹੀਂ ਹੋਣਾ, ਪਰ ਅਗਲੇ ਦੀ ਗੱਲ ਇੱਥੇ ਆ ਕੇ ਲੱਗਣੀ ਹੈ। ਉਹਨੇ ਫਲਾਣੀ ਥਾਂ 'ਤੇ ਮੇਰੀ ਗੱਲ ਕੀਤੀ, ਉਹਨੇ ਗੱਲ ਕੀਤੀ, ਆਪ ਨੇ ਕੀਤੀ ਸੀ ਉਹ ਭੁੱਲ ਗਿਆ, ਉਹ ਭੁੱਲ ਗਿਆ। ਇਹ ਸਾਹਿਬ ਅੱਜ ਸਬਕ ਸਿਖਾ ਰਹੇ ਨੇ ਸਾਨੂੰ, ਇੱਕ ਲੈਸਨ ਸਿਖਾ ਰਹੇ ਨੇ। ਕਹਿੰਦੇ ਕਹਿ ਨਾਨਕ ਸਭ ਔਗੁਣ ਰੱਖ ਲਿਓ, ਬਸ ਇੱਥੇ ਆ ਕੇ ਸਰੈਂਡਰ ਹੋ ਜਾਓ ਜੀ, ਸਰੈਂਡਰ ਹੋ ਜਾਓ, ਬਾਹਾਂ ਖੜੀਆਂ ਕਰ ਲਓ ਔਰ ਕਹਿ ਦਿਓ ਮੇਰੇ ਅੰਦਰ ਔਗੁਣ ਨੇ ਜੀ, ਕਹਿ ਦਿਓ। ਆ ਪੰਕਤੀ ਆਈ ਸੀ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ ਦੇਵਾ। ਸਾਹਿਬ ਕਹਿੰਦੇ ਨੇ, ਕਹਿੰਦੇ ਕਾਮ ਵਿਸਰਿਆ ਨਹੀਂ, ਜਿਵੇਂ ਜਿਵੇਂ ਬੰਦਾ ਉਮਰ ਵੱਧਦੀ ਜਾਂਦੀ ਹੈ ਘਟਣਾ ਚਾਹੀਦਾ ਸੀ ਨਾ ਜੀ, ਹੋਰ ਵੱਧਦਾ। ਕਾਮ ਨਾ ਵਿਸਰਿਓ, ਮੈਨੂੰ ਬਖਸ਼ ਲਿਓ ਜੀ, ਹੈ ਸੱਚ ਜੇ ਪ੍ਰਦਾਸ਼ ਕਰੀਏ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਜਿਵੇਂ ਜਿਵੇਂ ਉਮਰ ਵੱਧ ਰਹੀ ਸੀ ਕ੍ਰੋਧ ਘਟਣਾ ਚਾਹੀਦਾ ਸੀ ਨਾ ਜੀ, ਮੌਤ ਵੱਲ ਮੇਰੀ ਯਾਤਰਾ ਵੱਧ ਰਹੀ ਹੈ, ਮੇਰੀ ਉਮਰ ਜਿਵੇਂ ਜਿਵੇਂ ਵੱਧਦੀ ਜਾ ਰਹੀ ਹੈ ਮੇਰੇ ਸਵਾਸ ਘਟਦੇ ਜਾ ਰਹੇ ਨੇ, ਮੇਰੀ ਯਾਤਰਾ ਮੌਤ ਵੱਲ ਵੱਧਦੀ ਜਾ ਰਹੀ ਹੈ, ਅਤੇ ਜਿਵੇਂ ਜਿਵੇਂ ਯਾਤਰਾ ਮੇਰੀ ਮੌਤ ਵੱਲ ਵੱਧ ਰਹੀ ਹੈ ਅਤੇ ਮੇਰੇ ਔਗੁਣ ਘਟਣੇ ਚਾਹੀਦੇ ਸੀ ਨਾ। ਡੇ ਬਾਈ ਡੇ ਕ੍ਰੋਧ ਹੋਰ ਵੱਧੀ ਜਾ ਰਹੀ, ਹੋਰ ਵੱਧੀ ਜਾ ਰਹੀ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁੱਟਿਓ ਦੇਵਾ। ਆਖੋ ਸਤਨਾਮ ਵਾਹਿਗੁਰੂ। ਲੋਭ ਨਾ ਛੁੱਟਿਓ ਦੇਵਾ, ਲੋਭ ਛੁੱਟਿਆ ਨਹੀਂ, ਪਕੜ ਹੋਰ ਵੱਧਦੀ ਜਾ ਰਹੀ ਹੈ, ਹੋਰ ਵੱਧਦੀ ਜਾ ਰਹੀ ਹੈ, ਹੋਰ ਵੱਧਦੀ ਜਾ ਰਹੀ ਹੈ ਪਕੜ। ਮੈਂ ਮੇਰੀ ਦੇ ਵਿੱਚ, ਮੈਂ ਮੇਰੀ ਦੇ ਵਿੱਚ ਹੋਰ ਫਸਦਾ ਜਾ ਰਿਹਾ। ਕਹਿੰਦੇ ਪਰ ਨਿੰਦਾ ਮੁਕਤੇ ਨਹੀਂ ਛੁੱਟੀ, ਤੇ ਸਾਹਿਬ ਕਹਿੰਦੇ ਨਹਿਫਲ ਪਈ ਸਭ ਸੇਵਾ। ਆਖੋ ਸਤਨਾਮ, ਜਿਹੜੀ ਸੇਵਾ ਕੀਤੀ ਹੈ ਨਹਿਫਲ ਪਈ, ਕੋਈ ਫਲ ਨਹੀਂ ਉਹਦਾ ਮਿਲਿਆ ਤੈਨੂੰ, ਆਖੋ ਸਤਨਾਮ। ਮੈਂ ਨਹੀਂ ਕਹਿ ਰਿਹਾ, ਸਾਹਿਬ ਕਹਿ ਰਹੇ। ਪਛਾਣੀਏ ਆਪਣੇ ਆਪ ਨੂੰ ਸਾਧ ਸੰਗਤ, ਕਿੱਥੇ ਖੜੇ ਹਾਂ। ਡੇ ਬਾਈ ਡੇ ਆਪਣੇ ਆਪ ਨੂੰ ਸਾਧ ਸੰਗਤ ਜੀ ਐਨਾਲਾਈਜ਼ ਕਰੀਏ, ਆਪ 'ਤੇ ਕੰਮ ਕਰੀਏ। ਇੱਕ ਵਾਰੀ ਪਿਛਲੇ ਸਮੇਂ ਦੇ ਵਿੱਚ ਦਾਸ ਨੇ ਬੇਨਤੀ ਲਈ ਸੀ, ਤੁਹਾਡਾ ਥਿਓਟੀਕਲ ਬਹੁਤ ਤਗੜਾ ਜੀ, ਸਾਡਾ ਥਿਓਟੀਕਲ, ਗੁਰੂ ਸਾਹਿਬ ਨੇ, ਮੈਂ ਡਰ ਕੇ ਕਹਿ ਰਿਹਾ ਜੀ, ਡਰ ਕੇ ਕਹਿ ਰਿਹਾ, ਕੋਈ ਮਾਣ ਨਹੀਂ, ਕੋਈ ਹੋਮੇ ਨਹੀਂ, ਮਾਣ ਆਪਣੇ ਸਤਿਗੁਰਾਂ 'ਤੇ ਹੀ ਹੈ। ਥਿਓਟੀਕਲ ਬਹੁਤ ਜ਼ਬਰਦਸਤ ਹੈ, ਸਵੇਰੇ ਡੇਢ ਡੇਢ ਵਜੇ ਉੱਠਦੇ ਹੋ, ਦੋ ਦੋ ਵਜੇ ਉੱਠਦੇ ਹੋ, ਕੋਈ ਇੱਕ ਵਜੇ ਉੱਠਦਾ, 6 ਵਜੇ ਤੱਕ ਐਂ ਪੀੜੀ ਰੱਖਦੇ ਹੋ, ਆਪਣੇ ਆਪ ਨੂੰ ਕਾਇਮ ਰੱਖਦੇ ਹੋ, ਸਿਮਰਨ ਕਰਦੇ ਹੋ, ਬੰਦਗੀ ਕਰਦੇ ਹੋ, ਸੁਖਮਨੀ ਸਾਹਿਬ ਕੋਈ ਕਰਕੇ ਆ ਰਿਹਾ, ਕੋਈ ਪੰਜਾਬ ਬਾਣੀਆਂ ਨਿਤਨੇਮ ਕਰਕੇ ਆ ਰਿਹਾ, ਫਿਰ ਉਸ ਤੋਂ ਬਾਅਦ ਸਾਧਨਾ ਕਰ ਰਿਹਾ। ਇਹ ਥਿਓਟੀਕਲ ਹੈ, ਬਹੁਤ ਸਟਰੋਂਗ ਥਿਓਟੀਕਲ, ਗੁਰੂ ਦੀ ਕਿਰਪਾ ਦੇ ਨਾਲ। ਫਿਰ ਦਿਨ ਵੇਲੇ ਸਤਸੰਗ ਵੀ ਕਰਨਾ, ਦਿਨ ਵੇਲੇ ਬਾਣੀ ਵੀ ਹੋਰ ਪੜ੍ਹਨੀ, ਕਮਾਲ, ਬਖਸ਼ਿਸ਼। ਪਰ ਕਦੇ ਤੁਸੀਂ ਵੇਖਿਆ ਕਿ ਥਿਓਟੀਕਲ 'ਚ ਬੰਦਾ ਪਾਸ ਹੋ ਗਿਆ, ਪ੍ਰੈਕਟੀਕਲ 'ਚ ਫੇਲ ਹੋ ਗਿਆ, ਤਾਂ ਉਹਨੂੰ ਪਾਸ ਕਰ ਦਿੱਤਾ ਗਿਆ ਹੋਵੇ? ਆਖੋ ਸਤਨਾਮ, ਕਦੇ ਵੇਖਿਆ? ਪ੍ਰੈਕਟੀਕਲ 'ਚ ਫੇਲ ਹੋ ਗਏ,
ਥਿਓਟੀਕਲ 'ਚ ਵੀ ਤੁਹਾਨੂੰ ਫੇਲ ਕਰਤਾ ਜਾਏਗਾ, ਕਲਾਸ ਚੜਾਉਣਗੇ ਹੀ ਨਹੀਂ। ਅਤੇ ਜੇ ਥਿਓਟੀਕਲ 'ਚ ਫੇਲ ਹੋ ਗਏ ਤਾਂ ਵੀ ਫੇਲ। ਪਾਸ ਹੋਣ ਦੇ ਲਈ ਦੋਨੋਂ ਚੀਜ਼ਾਂ ਸਾਡੀਆਂ ਸਾਸੰਗ ਮੁਕੰਮਲ ਹੋਣੀਆਂ ਚਾਹੀਦੀਆਂ। ਆਖੋ ਸਤਨਾਮ, ਬਾਣੀ ਪੜ੍ਹਦੇ ਪਏ ਹਾਂ, ਸਿਮਰਨ ਕਰਦੇ ਪਏ ਹਾਂ, ਇਬਾਦਤ ਕਰਦੇ ਪਏ ਹਾਂ, ਪਰ ਅੰਦਰੋਂ ਈਰਖਾ ਜਾ ਹੀ ਨਹੀਂ ਰਹੀ, ਅੰਦਰੋਂ ਦਵੈਤ ਜਾ ਹੀ ਨਹੀਂ ਰਿਹਾ, ਅੰਦਰੋਂ ਨਿੰਦਿਆ ਜਾ ਹੀ ਨਹੀਂ ਰਹੀ, ਅੰਦਰੋਂ ਪਰਾਈ ਤਾਤ ਜਾ ਹੀ ਨਹੀਂ ਰਹੀ, ਅੰਦਰੋਂ ਚੁਗਲੀ ਜਾ ਹੀ ਨਹੀਂ ਰਹੀ। ਪ੍ਰੈਕਟੀਕਲ ਫਿਰ ਸਾਧ ਸਟਰੋਂਗ ਕਰਨਾ ਪਏਗਾ ਸਾਨੂੰ ਜੇ ਪਾਸ ਹੋਣਾ। ਆਪਣੇ ਆਪ ਨੂੰ ਸੁਧਾਰਨ ਦੀ ਲੋੜ ਹੈ। ਅਸੀਂ ਸਾਰਾ ਜ਼ੋਰ ਲਾ ਦਿੰਦੇ ਹਾਂ ਦੂਜਿਆਂ ਨੂੰ ਸੁਧਾਰਨ ਦੇ ਵਿੱਚ। ਨੂੰ ਕਹਿੰਦੀ ਸੱਸ ਸੁਧਰ ਜਾਵੇ, ਸੱਸ ਕਹਿੰਦੀ ਹੈ ਨੂੰ ਸੁਧਰ ਜਾਵੇ, ਬਸ ਲੱਗੇ ਰਹੋ, ਫਿਰ ਤਾਂ ਹੋ ਗਿਆ ਕੰਮ। ਫਿਰ ਤਾਂ ਜਿੰਨਾ ਜ਼ੋਰ ਜਿੰਨੀ ਊਰਜਾ ਅਸੀਂ ਦੂਜੇ ਨੂੰ ਸੁਧਾਰਨ 'ਤੇ ਲਾਉਂਦੇ ਹਾਂ ਸਾਧ ਸੰਗਤ ਜੀ, ਸਾਡੇ ਸਮਝਾਏ ਸਾਡੇ ਸੁਧਾਰਿਆ ਕੋਈ ਸੁਧਰੇਗਾ? ਜਦ ਤੱਕ ਉਹਦੀ ਆਪਦੀ ਮਰਜ਼ੀ ਨਾ ਹੋਵੇ। ਆਖੋ ਸਤਨਾਮ, ਜਦ ਤੱਕ ਉਹਦੀ ਆਪਦੀ ਮਰਜ਼ੀ, ਮੈਂ ਕਿਸੇ ਨੂੰ ਪ੍ਰੇਰਨਾ ਦੇ ਸਕਦਾ, ਅਗਰ ਉਹਦੀ ਮਰਜ਼ੀ ਹੀ ਨਹੀਂ ਹੈ ਮੈਂ ਕੁਛ ਨਹੀਂ ਕਰ ਸਕਦਾ ਜੀ। ਉਹਦੀ ਆਪਦੀ ਮਰਜ਼ੀ ਨਹੀਂ ਹੈ, ਕੁਛ ਨਹੀਂ ਹੋ ਸਕਦਾ। ਅਤੇ ਬੈਟਰ ਹੈ ਉਹਨੂੰ ਬਦਲਣ ਦੀ ਥਾਂ 'ਤੇ ਮੈਂ ਆਪਣੇ ਆਪ ਨੂੰ ਬਦਲ ਲਵਾਂ। ਅੰਦਰ ਦੀ ਸੜਨ ਖਤਮ, ਅੰਦਰ ਦੀ ਤਪਸ਼ ਖਤਮ, ਅੰਦਰ ਦੀ ਅਸ਼ਾਂਤੀ ਖਤਮ, ਜੇ ਮੈਂ ਆਪਣੇ ਆਪ ਨੂੰ ਹੀ ਬਦਲ ਲਿਆ, ਮੈਂ ਮਸਤ ਹੋ ਗਿਆ, ਆਨੰਦ ਵਿੱਚ ਹਾਂ, ਮੈਂ ਤਾਂ ਖੇੜੇ 'ਚ ਹਾਂ, ਖੇੜੇ 'ਚ ਹਾਂ। ਬਸ ਗੱਲ ਇੰਨੀ ਹੈ ਕਿ ਮੈਨੂੰ ਸਮਝ ਲੱਗ ਜਾਵੇ ਕਿ ਜਿਹੜੇ ਐਬ ਮੈਂ ਦੂਜਿਆਂ 'ਚ ਵੇਖਦਾ ਵਾਂ, ਉਹਨਾਂ ਐਬਾਂ ਦੇ ਨਾਲ ਮੈਂ ਵੀ ਭਰਿਆ ਹੋਇਆ ਵਾਂ। ਆਖੋ ਸਤਨਾਮ, ਮੈਂ ਵੀ ਭਰਿਆ ਹੋਇਆ, ਤਾਂ ਹੀ ਮੈਂ ਬੇਨਤੀਆਂ ਲਾਵਾਂਗਾ ਨਾ ਗੁਰੂ ਨਾਨਕ ਦੇ ਚਰਨਾਂ 'ਚ। ਭਾਈ ਸਾਹਿਬ, ਭਾਈ ਗੁਰਦਾਸ ਜੀ ਲੰਘਦੇ ਜਾ ਰਹੇ ਨੇ, ਚਿੱਟਾ ਚਿੱਟਾ ਚੋਲਾ ਪਾਇਆ, ਸੰਤ ਸਰੂਪ ਲੱਗਦੇ ਪਏ ਨੇ, ਨਾਲ ਸਿੱਖ ਸੇਵਕ ਨਾਲ ਚੱਲ ਰਹੇ ਨੇ, ਸੰਗੀ ਉਹਨਾਂ ਦੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਨੇ, ਸੰਗਤ ਨਾਲ ਹੈ। ਅਤੇ ਕਿਸੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਵੇਖ ਕੇ ਕਹਿ ਦਿੱਤਾ, ਜਿਵੇਂ ਕੋਈ ਜਾ ਰਹੇ ਹੁੰਦੇ ਮਹਾਂਪੁਰਖ, ਅਤੇ ਇੱਕ ਦੂਜਾ ਬੰਦਾ ਤੀਜੇ ਨੂੰ ਪੁੱਛ ਲੈਂਦਾ ਨਾ ਜੀ, ਵੀ ਕਿਹੜੇ ਮਹਾਂਪੁਰਖ ਨੇ, ਨਹੀਂ ਪਤਾ ਹੋਣਾ ਉਹਨੇ ਕਿਤੇ ਕਹਿਤਾ, ਕਹਿੰਦੇ ਜੀ ਕਿਹੜੇ ਮਹਾਂਪੁਰਖ ਜਾ ਰਹੇ ਨੇ, ਚਿਹਰੇ 'ਚ ਬੜਾ ਤੇਜ਼ ਹੈ, ਅਤੇ ਹੋਵੇ ਵੀ ਕਿਉਂ ਨਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਕੂੰਜੀ ਦਾ ਵਰ ਦਿੱਤਾ, ਚਾਬੀ ਦਾ, ਕੂੰਜੀ ਦਾ ਵਰ। ਮਹਾਰਾਜ ਕਹਿੰਦੇ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਕੂੰਜੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ। ਆਖੋ ਸਤਨਾਮ, ਇੰਨਾ ਤਗੜਾ ਵਰ ਦਿੱਤਾ, ਇੰਨਾ ਮਾਣ ਦਿੱਤਾ ਸੀ, ਤੇਜ ਕਿਵੇਂ ਨਾ ਹੋਵੇ ਚਿਹਰੇ 'ਤੇ, ਖੇੜਾ ਕਿਵੇਂ ਨਾ ਹੋਵੇ। ਹੁਣ ਜਦੋਂ ਕਿਸੇ ਨੇ ਪੁੱਛਿਆ
ਭਤੀਜੇ ਨੂੰ ਕਿ ਵੀ ਕਿਹੜੇ ਮਹਾਂਪੁਰਖ ਜਾ ਰਹੇ ਨੇ, ਸੁਣਿਓ ਧਿਆਨ ਦੇ ਨਾਲ ਸਤਸੰਗ ਜੀਓ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕੰਨਾਂ 'ਚ ਆਵਾਜ਼ ਪੈ ਗਈ, ਕਿਹੜੇ ਮਹਾਂਪੁਰਖ? ਨਾਲ ਹੀ ਆਪਣੇ ਚਰਨ ਰੋਕ ਲਏ ਜੀ, ਕਦਮ ਰੋਕ ਲਏ, ਦੋ ਕਦਮ ਪਿੱਛੇ ਆਏ ਅਤੇ ਕਹਿਣ ਲੱਗੇ, ਕਹਿੰਦੇ ਪੁਰਖ ਕੀ ਕਿਹਾ ਜੀ? ਕਹਿੰਦੇ ਜੀ ਮੈਂ ਤਾਂ ਪੁੱਛਿਆ ਹੈ ਵੀ ਕਿਹੜੇ ਮਹਾਂਪੁਰਖ ਜਾ ਰਹੇ। ਕਹਿੰਦੇ ਤੈਨੂੰ ਮੈਂ ਮਹਾਂਪੁਰਖ ਕਿਸ ਪਾਸੋਂ ਲੱਗਦਾ ਬਾਈ? ਕਹਿੰਦੇ ਚਿੱਟਾ ਚਿੱਟਾ ਚੋਲਾ ਪਾਇਆ, ਚਿਹਰੇ 'ਤੇ ਤੇਜ ਹੈ, ਚਮਕ ਹੈ ਚਿਹਰੇ 'ਤੇ, ਖੇੜਾ ਹੈ। ਕਹਿੰਦੇ ਵਾਹ ਬਾਈ ਵਾਹ, ਚਿੱਟੇ ਚਿੱਟੇ ਬਸਤਰਾਂ ਨੂੰ ਵੇਖ ਕੇ ਤੂੰ ਮੈਨੂੰ ਸੰਤ ਕਹਿਤਾ? ਕਹਿੰਦੇ ਚਿੱਟੇ ਤਾਂ ਬਗਲੇ ਵੀ ਹੁੰਦੇ ਨੇ, ਆਖੋ ਸਤਨਾਮ। ਧਿਆਨ ਨਾਲ ਸੁਣਿਆ, ਜੇ ਚਿੱਟੇ ਹੰਸ ਹੁੰਦੇ ਨੇ ਤੇ ਚਿੱਟੇ ਬੰਗਲੇ ਵੀ ਹੁੰਦੇ ਨੇ। ਕਹਿੰਦੇ ਆਹ ਮੈਂ ਤੈਨੂੰ ਦੱਸਾਂ ਮੈਂ ਕੌਣ ਆ, ਆਖੋ ਸਤਨਾਮ। ਉਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਪੌੜੀ ਉਚਾਰਨ ਕੀਤੀ, ਕਹਿੰਦੇ ਹਉ ਅਪਰਾਧੀ ਗੁਨਹੇਗਾਰ ਹਉ ਬੇਮੁੱਖ ਮੰਦਾ। ਮੇਰਾ ਖਿਆਲ ਹੈ ਸ਼ਾਇਦ ਹੀ ਦੁਨੀਆ ਦਾ ਕੋਈ ਔਗੁਣ ਹੋਵੇ ਜਿਹੜਾ ਇਸ ਪੌੜੀ 'ਚ ਨਹੀਂ ਬਿਆਨ ਕੀਤਾ ਜੀ। ਸਾਰੇ ਔਗੁਣ ਬਿਆਨ ਕਰਦੇ, ਮੈਂ ਆਹ ਹਾਂ, ਮੈਂ ਆਹ ਹਾਂ, ਮੈਂ ਆਹ ਹਾਂ, ਮੈਂ ਆਹ। ਕੋਈ ਕਹਿੰਦਾ ਜੀ, ਕੋਈ ਕਹਿੰਦਾ? ਇਹ ਗੁਰਮੁਖੀ ਕਹਿ ਸਕਦਾ। ਕਹਿੰਦੇ ਹਉ ਅਪਰਾਧੀ ਗੁਨਹੇਗਾਰ ਹਉ ਬੇਮੁੱਖ ਮੰਦਾ। ਕਹਿੰਦੇ ਚੋਰ ਜਾਰ ਜੁਆਰ ਹਉ ਪਰ ਕਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ। ਆਪਣੇ ਆਪ ਨੂੰ ਕਹਿ ਰਹੇ, ਨਿੰਦਕ ਮੈਂ ਨਿੰਦਕ, ਦੁਸ਼ਟ ਹਰਾਮ ਖੋਰ, ਠੱਗ ਦੇਸ਼ ਠਗੰਦਾ, ਵਿਸ਼ਵਾਸ ਘਾਤੀ ਅਕਿਰਤ ਘਣ, ਮੈਂ ਕੋ ਨਾ ਰੱਖਦਾ। ਸਿਮਰ ਮੁਰੀ ਦਾ ਢਾਡੀਆ ਸਤਿਗੁਰ ਬਖਸ਼ਦਾ। ਕਹਿੰਦੇ ਮੈਂ ਚੱਲਿਆ ਆਪਣੇ ਔਗੁਣ ਬਖਸ਼ਾਉਣ ਲਈ ਸਤਿਗੁਰ ਜੀ ਦੇ ਕੋਲ, ਜੇ ਤੂੰ ਬਖਸ਼ਾਉਣਾ ਚਾਹੁੰਦਾ ਚੱਲ ਨਾਲ ਚੱਲੀਏ, ਕਾਫਲੇ ਦੇ ਨਾਲ ਚੱਲ, ਕਿਧਰੇ ਤੇਰੇ ਵੀ ਔਗੁਣ ਬਖਸ਼ੇ ਜਾਣ ਤੇ ਮੇਰੇ ਵੀ ਔਗੁਣ ਬਖਸ਼ੇ ਜਾਣ। ਆਖੋ ਸਤਨਾਮ। ਹਾਂਜੀ ਸਤਿ ਸ੍ਰੀ ਅਕਾਲ। ਇਸ ਲਈ ਜੋਦੜੀਆਂ ਕਰੀਏ ਅੰਦਰੋਂ, ਤਰਲੇ ਪਾਈਏ ਗਰੀਬ ਨਿਵਾਜ, ਔਗੁਣਾਂ ਦਾ ਮੈਂ ਭਰਿਆ ਸੱਚੇ ਪਾਤਸ਼ਾਹ, ਤੁਹਾਡੀ ਨਜ਼ਰ ਔਗੁਣਾਂ ਨੂੰ ਕੱਟ ਸਕਦੀ। ਦੱਸੋ ਕੌਡੇ ਰਾਕਸ਼ਸ 'ਚ ਕਿਹੜਾ ਗੁਣ ਸੀ ਜੀ? ਓਏ ਕੌਡੇ ਰਾਕਸ਼ਸ 'ਚ ਕਿਹੜਾ ਗੁਣ ਸੀ? ਬਾਬਾ ਜੀ ਕਹਿੰਦੇ ਨੇ, ਧੰਨ ਧੰਨ ਬਾਬਾ ਨਾਨਕ ਸਿੰਘ ਜੀ ਕਹਿੰਦੇ ਸਨ, ਕਹਿੰਦੇ ਗੁਰੂ ਨਾਨਕ ਦੀ ਮੌਜ ਦੇਖੋ, ਕੈਸੇ ਗੁਰੂ ਨਾਨਕ ਨੇ ਔਗੁਣ 'ਤੇ ਹੀ ਦਿਆਲ ਹੋ ਗਏ। ਆਹੋ ਸਤਨਾਮ। ਕਮਾਲ ਹੋ ਗਈ, ਔਗੁਣ 'ਤੇ ਹੀ ਦਿਆਲ ਹੋ ਗਏ। ਕੋਈ ਗੁਣ ਸੀ ਕੌਡੇ ਦੇ? ਔਗੁਣਾਂ ਦੇ ਨਾਲ ਭਰਿਆ, ਕੱਟਣ 'ਤੇ ਆਏ ਇੱਕ ਮਿੰਟ 'ਚ ਕੱਟ ਕੇ ਭਾਈ ਕੌਡਾ ਕਰਤਾ। ਆਖੋ ਸਤਨਾਮ। ਕੌਡਾ ਸੰਤ ਬਣਾਤਾ ਸੱਜਣ, ਠੱਗ ਦੇ ਅੰਦਰ ਕਿਹੜੇ ਗੁਣ ਸਨ ਜੀ? ਅੱਤ ਦਾ ਪਾਪੀ, ਅੱਤ ਦਾ ਪਾਪੀ, ਧਾਰਮਿਕ ਚੋਲਾ ਪਾ ਕੇ ਇੰਨਾ ਨੀਚ ਕੰਮ ਕਰਨਾ, ਯਾਤਰੀਆਂ ਨੂੰ ਲੁੱਟਣਾ ਅਤੇ ਜਾਨੋਂ ਮਾਰ ਦੇਣਾ, ਇੰਨਾ ਨੀਚ ਕੰਮ ਕਰਨਾ ਸਾਧ ਸੰਗਤ, ਇੰਨਾ ਅਧਰਮ ਕਰਨਾ, ਕਿਹੜਾ ਗੁਣ ਸੀ? ਕਿਹੜਾ ਗੁਣ ਸੀ ਕਿ ਗੁਰੂ ਨਾਨਕ ਸਾਧ ਸੰਗਤ ਚੱਲ ਕੇ ਗਏ? ਆਖੋ ਸਤਨਾਮ। ਆ ਨੇ ਗੁਰੂ ਨਾਨਕ, ਆ ਨੇ ਗੁਰੂ ਨਾਨਕ।
ਉਹ ਰੋਗੀ ਵੈਦ ਕੋਲ ਜਾਂਦਾ ਇਹ ਤਾਂ ਸੁਣਿਆ ਸੀ, ਵੈਦ ਰੋਗੀ ਕੋਲ ਜਾਵੇ ਪਹਿਲੀ ਵਾਰੀ ਵੇਖਿਆ ਖੋ ਸਤਨਾਮ। ਵੈਦ ਰੋਗੀ ਕੋਲ ਜਾ ਰਿਹਾ, ਮੇਰਾ ਗੁਰੂ ਨਾਨਕ ਵੈਦ ਥਾਂ ਥਾਂ ਰੋਗੀਆਂ ਕੋਲ ਜਾ ਕੇ ਉਹਨਾਂ ਨੂੰ ਰਾਜੀ ਕਰ ਰਹੇ ਨੇ। ਆ ਨੇ ਗੁਰੂ ਨਾਨਕ ਸੱਜਣ ਠੱਗ ਦੇ ਅੰਦਰ, ਭੂਮੀਏ ਚੋਰ ਦੇ ਅੰਦਰ, ਵਲੀ ਕੰਧਾਰੀ ਦੇ ਅੰਦਰ ਸੱਸ ਪੂਰਾ ਹੰਕਾਰ, ਭਾਵੇਂ ਬੰਦਗੀ ਸੀ ਵਲੀ ਕੰਧਾਰੀ ਦੀ, ਸਿਰੇ ਦਾ ਟਿੱਲੇ ਦਾ ਹੰਕਾਰ ਵੀ ਸੀ ਨਾਲ। ਨੂਰ ਸ਼ਾਹ ਜਾਦੂਗਰਨੀ ਉਹਦੇ ਅੰਦਰ ਕਿਹੜਾ ਗੁਣ ਸੀ ਜੀ? ਔਗੁਣਾਂ ਦੇ ਨਾਲ ਭਰੀ, ਮਾੜਾ ਹੀ ਕਰਨਾ ਲੋਕਾਂ ਦੇ ਉੱਪਰ ਜਾਦੂ ਕਰਕੇ, ਆਹ ਕਰਕੇ ਉਹ ਬਣਾ ਦੇਣਾ, ਲੀਲਾ ਬਣਾ ਦੇਣਾ, ਕਦੇ ਆਹ ਬਣਾ ਦੇਣਾ, ਕਦੇ ਉਹ ਕਰ ਦੇਣਾ, ਕਿਹੜਾ ਗੁਣ ਸੀ? ਔਗੁਣਾਂ 'ਤੇ ਹੀ ਰੀਝ ਕੇ ਤਾਰ ਗਏ ਸਾਧ ਸੰਗਤ ਜੀ। ਜਿਵੇਂ ਪਿਛਲੀਆਂ ਸੰਗਤਾਂ ਤਾਰੀਆਂ ਉਵੇਂ ਕਿਵੇਂ ਤਾਰੋ ਬਾਬਾ ਜੀ। ਜੇ ਭੂਮੀਏ ਦੇ ਗੁਣ ਔਗੁਣ ਨਹੀਂ ਵਿਚਾਰੇ, ਜੇ ਸੱਜਣ ਦੇ ਗੁਣ ਔਗੁਣ ਨਹੀਂ ਵਿਚਾਰੇ, ਜੇ ਕੌਡੇ ਦੇ ਗੁਣ ਔਗੁਣ ਨਹੀਂ ਵਿਚਾਰੇ, ਮਹਾਰਾਜ ਮੈਂ ਵੀ ਉਸੇ ਲਾਈਨ ਦਾ ਬੰਦਾ, ਮਹਾਰਾਜ ਕਿਰਪਾ ਕਰੋ ਮੇਰੇ ਵੀ ਗੁਣ ਔਗੁਣ ਨਾ ਵਿਚਾਰ ਕੇ ਮੇਰੀ ਵੀ ਬੰਦ ਖਲਾਸੀ ਕਰ ਦਿਓ। ਇਹ ਅਰਦਾਸ ਕਰੀਏ ਵਾਹਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਮੇਰੇ ਗਰੀਬ 'ਤੇ ਵੀ ਕਿਰਪਾ ਕਰਕੇ ਮੇਰੇ ਵੀ ਔਗੁਣ ਕੱਟ ਦਿਓ, ਔਗੁਣ ਕੱਟ ਦਿਓ, ਬੰਧਨ ਮੇਰੇ ਜਿਹੜੇ ਪਏ ਨੇ ਕੱਟ ਦਿਓ। ਇਹ ਅਰਦਾਸਾਂ ਕਰੀਏ ਸੱਚੇ ਪਾਤਸ਼ਾਹ ਮਿਹਰ ਕਰਨ, ਰਹਿਮਤ ਕਰਨ, ਨਿੱਤ ਸਾਨੂੰ ਆਪਣੀ ਗੋਦੀ 'ਚ ਬਿਠਾਉਣ, ਨਿੱਤ ਸਾਨੂੰ ਇਹ ਪੜ੍ਹਾਈਆਂ ਪੜ੍ਹਾਉਣ, ਨਿੱਤ ਅੰਦਰਲਾ ਬਲ ਦੇਣ ਸਾਨੂੰ ਕਿ ਆਪ ਨੂੰ ਸਵਾਰ ਸਕੀਏ। ਬਸ ਗੱਲ ਤਾਂ ਇੰਨੀ ਹੈ, ਮਾਲਕ ਕਹਿੰਦੇ ਆਪ ਸਵਾਰੇ, ਬੋਲੋ ਨਾ ਜੀ, ਆਪ ਸਵਾਰੇ ਮੈਂ ਮਿਲੇ। ਮਹਾਰਾਜ ਕਹਿੰਦੇ ਜੇ ਆਪ ਨੂੰ ਸਵਾਰ ਲਏਗਾ ਮੈਂ ਮਿਲ ਜਾਵਾਂਗਾ, ਗੱਲ ਇੰਨੀ ਹੈ ਬਸ, ਆਪ ਨੂੰ ਸਵਾਰੀਏ। ਦੂਜਿਆਂ 'ਤੇ ਜ਼ੋਰ ਲਾਉਂਦੇ ਪਏ ਹਾਂ ਦੂਜਿਆਂ ਨੂੰ ਸਵਾਰਨ ਦੇ, ਆਪ ਨੂੰ ਸਵਾਰ ਲਈਏ। ਆਪ ਸਵਾਰੇ ਮੈਂ ਮਿਲੇ, ਰੱਬ ਕਹਿੰਦਾ, ਵਾਹਿਗੁਰੂ ਕਹਿੰਦੇ ਜੇ ਤੂੰ ਆਪ ਨੂੰ ਸਵਾਰ ਲਿਆ ਮੈਂ ਮਿਲ ਜਾਵਾਂਗਾ ਤੈਨੂੰ। ਫਿਰ ਅੱਗੇ ਕਹਿੰਦੇ ਮੈਂ ਮਿਲਿਆ ਸੁੱਖ ਹੋਏ, ਜੇ ਕਿਧਰੇ ਮੈਂ ਤੈਨੂੰ ਮਿਲ ਗਿਆ, ਰੱਬ ਕਹਿੰਦਾ ਜੇ ਮੈਂ ਤੈਨੂੰ ਮਿਲ ਗਿਆ ਫਿਰ ਸੁੱਖ ਹੀ ਸੁੱਖ ਨਹੀਂ। ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ, ਖਲਕਤ ਮਗਰ ਲਾ ਦੇਗਾ ਰੱਬ ਜੇ ਕੋਈ ਰੱਬ ਦਾ ਬਣ ਜਾ।